ਵਿਦਿਆਰਥਣਾਂ ਨੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਦੇ ਬੰਨੀਆਂ ਰੱਖੜੀਆਂ। ਦੇਸ਼ ਭਰ ਵਿੱਚ 26 ਅਗਸਤ ਨੂੰ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾਵਾਂ ਦੀ ਲੰਬੀ ਉਮਰ ਅਤੇ ਸਲਾਮਤੀ ਦੀ ਦੁਆ ਮੰਗਦੀਆਂ ਹਨ। ਅੱਜ ਜਲੰਧਰ ਦੇ ਐਸਟੀ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੁਲਿਸ ਥਾਣਿਆਂ 'ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਰੱਖੜੀ ਬੰਨ੍ਹੀ ਹੈ। ਇਸ ਮੌਕੇ 'ਤੇ ਥਾਣਾ 3 ਦੇ ਵਿਜੇ ਕੁਮਾਰ ਅਤੇ ਵਿਦਿਆਰਥਣ ਪੂਨਮ ਨੇ ਕਿਹਾ, ਅੱਜ ਥਾਣਾ ਡਿਵੀਜ਼ਨ ਨੰਬਰ 3 ਵਿੱਚ ਐਸਡੀ ਕਾਲਜ ਬੀਕੌਮ ਫਾਈਨਲ ਦੇ ਬੱਚੇ ਆਏ, ਜਿਨ੍ਹਾਂ ਨੇ ਆ ਕੇ ਸਾਰੇ ਸਟਾਫ ਨੂੰ ਰਕਸ਼ਾਬੰਧਨ ਦੇ ਤਿਉਹਾਰ 'ਤੇ ਰੱਖੜੀ ਬੰਨ੍ਹੀ। ਬੱਚੇ ਬੜੇ ਖੁਸ਼ ਹੋਏ ਅੱਜ ਆ ਕੇ ਇੱਥੇ, ਉਹਨਾਂ ਨੇ ਥਾਣੇ ਦਾ ਵਿਜ਼ਿਟ ਵੀ ਕੀਤਾ ਅਤੇ ਸਾਨੂੰ ਬਹੁਤ ਖੁਸ਼ੀ ਮਿਲੀ ਇਸ ਗੱਲ ਕਿ ਬੱਚਿਆਂ ਦੇ ਵਿੱਚ ਇੰਨੀ ਭਾਵਨਾ ਹੈ ਕਿ ਆ ਕੇ ਰਕਸ਼ਾਬੰਧਨ ਦੇ ਤਿਉਹਾਰ 'ਤੇ ਆਪਣੇ ਭਰਾਵਾਂ ਰੱਖੜੀਆਂ ਬੰਨ੍ਹਣ, ਅਤੇ ਅਸੀਂ ਵੀ ਉਹਨਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹਾਜ਼ਰ ਹਾਂ ਅਤੇ ਜਦੋਂ ਵੀ ਉਹਨਾਂ ਨੂੰ ਲੋੜ ਪਵੇ ਦੱਸਿਆ ਉਹਨਾਂ ਨੂੰ, ਜਦੋਂ ਤੁਹਾਨੂੰ ਕਿਤੇ ਪੁਲਿਸ ਦੀ ਲੋੜ ਪਵੇ ਤਾਂ ਤੁਸੀਂ ਸਾਡੇ ਕੋਲ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ, ਸਾਡੇ ਕੋਲ ਆ ਸਕਦੇ ਹੋ ਅਤੇ 24 ਘੰਟੇ ਅਸੀਂ ਹਾਜ਼ਰ ਹਾਂ। ਬੱਚਿਆਂ ਨੂੰ ਵੀ ਘੱਟੋ ਘੱਟ ਇਹ ਫੀਲ ਹੋਵੇ ਵੀ ਪੁਲਿਸ ਸਾਡੇ ਨਾਲ ਆ, ਸਾਡੀ ਦੋਸਤ ਆ, ਸਾਡੇ ਭਰਾ ਆ ਪੁਲਿਸ ਦੇ ਵਿੱਚ, ਇਹੀ ਇਹਨਾਂ ਨੂੰ ਮੈਸੇਜ ਦਿੱਤਾ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪੂਨਮ, ਮੈਂ PCM ਐਸਟੀ ਕਾਲਜ ਦੀ ਵਿਦਿਆਰਥਣ ਹਾਂ ਅਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਰਕਸ਼ਾ ਬੰਧਨ ਦੇ ਤਿਉਹਾਰ 'ਤੇ ਅਸੀਂ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਆਪਣੇ ਸੋਲਜਰ ਭਰਾਵਾਂ ਨੂੰ ਰਕਸ਼ਾ ਬੰਧਨ ਤਿਉਹਾਰ 'ਤੇ ਰੱਖੜੀ ਬੰਨ੍ਹਣ ਆਏ ਹਾਂ ਅਤੇ ਅਸੀਂ ਸਾਰੇ ਭਰਾਵਾਂ ਨੂੰ ਰੱਖੜੀ ਬੰਨ੍ਹੀ ਹੈ ਅਤੇ ਬਹੁਤ ਵਧੀਆ ਲੱਗਾ ਸਾਨੂੰ ਰੱਖੜੀ ਬੰਨ੍ਹ ਕੇ ਕਿਉਂਕਿ ਇਹ ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ ਅਤੇ ਇੱਥੇ ਹੋਰ ਅਸੀਂ ਸਾਨੂੰ ਵਿਜੇ ਕੁਮਾਰ ਜੀ ਨੇ ਸਾਨੂੰ ਇੱਥੇ ਪੂਰਾ ਥਾਣਾ ਵਿਜ਼ਿਟ ਕਰਾਇਆ ਹੈ ਜਿਹੜਾ ਕਿ ਅਸੀਂ ਪਹਿਲੇ ਕਦੀ ਨਹੀਂ ਕੀਤਾ ਸੀ ਅਤੇ ਉਹਨਾਂ ਨੇ ਸਾਨੂੰ ਕਾਫੀ ਕੁਝ ਨੌਲੇਜ ਸਾਨੂੰ ਮਿਲੀ ਹੈ ਜਿਹੜੀ ਕਿ ਥਾਣੇ ਤੋਂ ਕਿ ਇੱਥੇ ਕੰਟਰੋਲ ਰੂਮ ਹੈ ਜਿਹੜਾ ਪਿਛਲੇ ਕੈਦੀਆਂ ਦੀ ਕਾਫੀ ਉਹਨਾਂ ਨੇ ਸਾਨੂੰ ਇਨਕੁਆਇਰੀਜ਼ ਮਤਲਬ ਦਿਖਾਈਆਂ ਗਈਆਂ ਸਾਨੂੰ ਅਤੇ ਸਟਾਫ ਇਹਨਾਂ ਦਾ ਬਹੁਤ ਚੰਗਾ ਆ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਉੱਥੇ।